ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ। ਹੁਣੇ ਹੁਣੇ ਇਸ ਮਸ਼ਹੂਰ ਸਟਾਰ ਦੀ ਹੋਈ ਮੌਤ, ਸ਼ਾਹੀ ਸੋਗ ਦੀ ਲਹਿਰ। ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ। ਇੱਕ ਮਸ਼ਹੂਰ ਹਸਤੀ ਆ ਸਾਰਿਆਂ ਨੂੰ ਛੱਡ ਕੇ ਅਲਵਿਦਾ ਕਰ ਗਈ। ਮਸ਼ਹੂਰ ਸਟਾਰ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ, ਜਿਸ ਤੋਂ ਬਾਅਦ ਹਰ ਇੱਕ ਕੋਈ ਸੋਗ ਦੀ ਲਹਿਰ 'ਚ ਹੈ। ਇਸ ਮਸ਼ਹੂਰ ਸਟਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਸਿਟੀ 'ਚ ਵੀ ਸੋਗ ਦੀ ਲਹਿਰ ਹੈ ਅਤੇ ਇਸ ਵੇਲੇ ਹਰ ਕੋਈ ਗਮ ਦੇ ਮਾਹੌਲ 'ਚ ਹੈ। ਅਚਾਨਕ ਉਸ ਸਟਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਹਰ ਇੱਕ ਨੂੰ ਜਿੱਥੇ ਹੈਰਾਨ ਕਰ ਰਹੀ ਹੈ, ਉੱਥੇ ਹੀ ਹਰ ਕੋਈ ਸਦਮੇ 'ਚ ਵੀ ਹੈ। ਸੋਚਣ 'ਤੇ ਮਜਬੂਰ ਹੋ ਰਿਹਾ ਕਿ ਸਟਾਰ ਵੱਲੋਂ ਇਹ ਕਦਮ ਕਿਉਂ ਚੁੱਕੇ ਗਏ। ਸੋਸ਼ਲ ਮੀਡੀਆ 'ਤੇ ਅਕਸਰ ਆਪਣੀ ਵੀਡੀਓਜ਼ ਦੇ ਨਾਲ ਚਰਚਾ 'ਚ ਰਹਿਣ ਵਾਲੀ ਸਟਾਰ ਦੇ ਨਾਲ ਜਾਣ ਨਾਲੋਂ ਉਹਨਾਂ ਦੇ ਨੇੜਲੇ ਲੋਕਾਂ ਨੂੰ ਕਾਫੀ ਸਦਮਾ ਲੱਗਾ। ਦਰਅਸਲ ਮਸ਼ਹੂਰ ਟਿਕਟੋਕ ਸਟਾਰ ਡਿਰੋਜ਼ੀਆ ਕਾਉਂਟੀ ਨੋਇਸ, ਜੋ ਅਮਰੀਕਾ ਨਾਲ ਸੰਬੰਧ ਰੱਖਦੀ ਸੀ, ਉਸਨੇ ਆਪਣੇ ਆਪ ਨੂੰ ਖਤਮ ਕਰ ਲਿਆ, ਇਸ ਦੁਨੀਆ ਤੋਂ ਅਲਵਿਦਾ ਕਹਿ ਗਈ। 18 ਸਾਲਾਂ ਦੀ ਇਸ ਕੁੜੀ ਵੱਲੋਂ ਸੋਸ਼ਲ ਮੀਡੀਆ 'ਤੇ ਕਾਫੀ ਪੋਸਟ ਸਾਂਝੇ ਕੀਤੇ ਜਾਂਦੇ ਸਨ, ਉਹ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵੀ ਸਨ। ਉਹਨਾਂ ਵੱਲੋਂ ਅਚਾਨਕ ਕੀਤਾ ਗਿਆ ਇਹ ਕੰਮ ਹੁਣ ਸਭ ਨੂੰ ਸਦਮੇ 'ਚ ਪਾ ਰਿਹਾ ਹੈ। ਪਰਿਵਾਰ 'ਚੋਂ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਚਲੀ ਗਈ, ਹੁਣ ਹਰ ਇੱਕ ਨੂੰ ਗਮ ਦੇ ਰਹੀ ਹੈ। ਪਿਤਾ ਨੇ ਆਪਣਾ ਦੁੱਖ ਇੱਕ ਅੰਗਰੇਜ਼ੀ ਅਖਬਾਰ ਨਾਲ ਸਾਂਝਾ ਕੀਤਾ, ਉੱਥੇ ਹੀ ਮਾਤਾ ਵੀ ਬੇਹੱਦ ਸਦਮੇ 'ਚ ਨੇ। ਉਹਨਾਂ ਦੀ ਧੀ ਵੱਲੋਂ ਇਹ ਕੜਲਾ ਕਦਮ ਚੁੱਕ ਲਿਆ ਗਿਆ ਹੈ। ਪਿਤਾ ਨੇ ਕਿਹਾ ਕਿ ਉਹਨਾਂ ਦੀ ਧੀ ਉਹਨਾਂ ਦੀ ਦੋਸਤ ਸੀ, ਹੁਣ ਉਹ ਜਦ ਘਰ ਜਾਣਗੇ ਤਾਂ ਉਹਨਾਂ ਦਾ ਇੰਤਜ਼ਾਰ ਕੌਣ ਕਰੇਗਾ। ਉੱਧਰ ਹੀ ਮਾਤਾ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਸੁਣ ਕੇ ਯਕੀਨ ਨਹੀਂ ਹੋਇਆ ਕਿ ਉਹਨਾਂ ਦੀ ਧੀ ਵੱਲੋਂ ਅਜਿਹਾ ਕਰ ਲਿਆ ਗਿਆ, ਉਹ ਸਭ ਇਸ ਨੂੰ ਇੱਕ ਸ਼ਰਾਰਤ ਸਮਝ ਰਹੇ ਹਨ। ਜ਼ਿਕਰ ਹੋਇਆ ਗਿਆ ਹੈ ਕਿ ਡਰੋਲੀਆ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿੱਚ ਰਹਿੰਦੀ ਸੀ, ਉਸ ਦੇ ਕਾਫੀ ਫੋਲੋਵਰਸ ਸਨ, ਉਹ ਆਪਣੀਆਂ ਵੱਖਰੀਆਂ ਵੱਖਰੀਆਂ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਸੀ। ਜਦ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਅਤੇ ਉਸ ਨੂੰ ਇੱਕ ਵੀਡੀਓ ਪਾ ਕੇ ਕੈਪਸ਼ਨ ਵਿੱਚ ਲਿਖਿਆ, ਜਿਸ 'ਚ ਉਸਨੇ ਕਿਹਾ ਕਿ ਉਹ ਜਾਣਦੀ ਹੈ ਕਿ ਉਹ ਸਾਰੇ ਉਸ ਤੋਂ ਤੰਗ ਆ ਚੁੱਕੇ ਹਨ, ਉਹ ਇਹ ਵੀ ਜਾਣਦੀ ਹੈ ਅਤੇ ਇਹ ਉਸਦੀ ਲਾਸਟ ਪੋਸਟ ਹੈ, ਜਿਸ ਤੋਂ ਬਾਅਦ ਉਸਦੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ, ਜਿਸ ਨੇ ਪਰਿਵਾਰ ਸਹੁੰ ਸਭ ਨੂੰ ਹੈਰਾਨ ਕਰਤਾ। ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।